बहुत ही सत्कार योग ते प्यारे विद्यार्थियों आप सब का स्वागत। पहले पाठ दे विच आपां गल शुरू की सी पंजाब दी वंड दी, भारत दे नाल नाल पंजाब दे भी किवें दो टोटे हो गए सीगे, पूर्वी पंजाब ते पछमी पंजाब दे रूप दे विच साडे सामने किवें पंजाब आया। जिहड़ा पछमी पंजाब है वह पाकिस्तान दे विच है ते पूर्वी पंजाब चढ़दे वाले पासे वाला जिहड़ा वह भारत दे विच है। ਤਾਂ ਪੰਜਾਬ ਦੀ ਵੰਡ ਦੇ ਕਈ ਕਾਰਨ ਸੀ ਜੋ ਆਪਾਂ ਪਹਿਲਾਂ 10-11 ਪੁਆਇੰਟ ਆ ਜਿਹੜੇ ਪੰਜਾਬ ਦੀ ਵੰਡ ਦੇ ਪਹਿਲੇ ਪਾਰਟ ਦੇ ਵਿੱਚ ਆਪਾਂ ਕੀਤੇ ਨੇ, ਤਾਂ ਉਸ ਪਾਰਟ ਨੂੰ ਆਪਾਂ ਅੱਗੇ ਤੋਰਦੇ ਹੋਏ ਅੱਗੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਗਲਾ ਪੁਆਇੰਟ ਹੈ ਪੰਜਾਬ 1947 ਨੂੰ ਪੰਜਾਬ ਦੀ ਵੰਡ ਦੇ ਕਈ ਕਾਰਨ ਸੀ। ਪੁਆਇੰਟ ਨੰਬਰ 11 ਆਪਾਂ ਅੱਗੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਭਾਰਤ ਛੱਡੋ ਅੰਦੋਲਨ 1942 ਦੇ ਵਿੱਚ ਜਿਹੜਾ ਕਾਂਗਰਸ ਦੇ ਸੰਮੇਲਨ 'ਚ ਹੋਇਆ, ਮਹਾਤਮਾ ਗਾਂਧੀ ਵਰਗਿਆਂ ਨੇ ਸ਼ੁਰੂ ਕੀਤਾ ਅਤੇ ਭਾਰਤ ਛੱਡੋ ਵੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਜਾਣਾ ਚਾਹੀਦਾ, ਇਹ ਦੇਸ਼ ਆ ਜਿਹੜਾ ਸਾਡਾ। ਅਤੇ ਬਹੁਤ ਥਾਵਾਂ 'ਤੇ ਜਿਹੜਾ ਜਲਸੇ ਹੈ, ਹੜਤਾਲਾਂ ਨੇ, ਜਲੂਸ ਹੈ ਭਾਰਤੀ ਲੋਕਾਂ ਨੇ ਕੀਤੇ ਥਾਂ ਥਾਂ 'ਤੇ, ਜਿਹੜੀਆਂ ਹੜਤਾਲਾਂ ਅੰਗਰੇਜ਼ਾਂ ਦੇ ਵਿਰੁੱਧ ਸ਼ੁਰੂ ਕੀਤੀਆਂ ਗਈਆਂ, ਨਾਅਰੇ ਲਾਏ ਗਏ, ਭਾਰਤ ਦੇ ਰਾਸ਼ਟਰੀ ਗੀਤਾਂ ਦਾ ਗੁਣਗਾਨ ਹੈ ਜਿਹੜਾ ਉਹ ਕੀਤਾ ਗਿਆ, ਅਤੇ ਬਹੁਤ ਸਾਰੇ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਉਹਨਾਂ ਨੂੰ ਬਹੁਤ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਬਹੁਤ ਜ਼ਿਆਦਾ ਤਸੀਹੇ ਉਹਨਾਂ ਨੂੰ ਦਿੱਤੇ ਗਏ ਸੀਗੇ ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਰੱਖਿਆ ਗਿਆ ਸੀਗਾ। ਅਤੇ ਭਾਵੇਂ ਕਿ ਇਹ ਅੰਦੋਲਨ ਹੈ ਜਿਹੜਾ ਅੰਗਰੇਜ਼ਾਂ ਨੇ ਦਬਾ ਲਿਆ ਸੀਗਾ, ਪਰ ਇਸ ਅੰਦੋਲਨ ਦਾ ਅੰਗਰੇਜ਼ਾਂ 'ਤੇ ਬਹੁਤ ਪ੍ਰਭਾਵ ਪਿਆ ਅਤੇ ਹੌਲੀ ਹੌਲੀ ਉਹਨਾਂ ਨੂੰ 1947 ਦੇ ਵਿੱਚ ਇਹ ਦੇਸ਼ ਨੂੰ ਛੱਡ ਕੇ ਜਿਹੜਾ ਜਾਣਾ ਪਿਆ। ਅਤੇ ਇਸ ਜਿਹੜਾ ਅੰਦੋਲਨ ਦਾ ਜਿਹੜਾ ਪ੍ਰਭਾਵ ਹੈ ਉਹ ਭਾਰਤ ਦੀ ਜਿਹੜੀ ਵੰਡ 'ਤੇ ਵੀ ਪਿਆ, ਪਰ ਕਿਤੇ ਨਾ ਕਿਤੇ ਮੁਸਲਮਾਨਾਂ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀਗਾ, ਪਰ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜਾ ਪ੍ਰਭਾਵ ਹੈ ਉਹ ਦੇਖਣ ਨੂੰ ਇਸ ਅੰਦੋਲਨ ਦਾ ਮਿਲਿਆ, ਅਤੇ ਅੰਗਰੇਜ਼ਾਂ ਨੇ ਇਸ ਅੰਦੋਲਨ ਨੂੰ ਦਬਾ ਵੀ ਲਿਆ ਸੀਗਾ। 1945-46 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਫਿਰ ਦੁਬਾਰੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਉਹਦੇ ਵਿੱਚ ਜਿਹੜਾ ਕੁੱਲ 175 ਸੀਟਾਂ ਹੁੰਦੀਆਂ ਨੇ, ਪਰ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਸਥਾਨ ਹੈ ਜਿਹੜੇ ਮੁਸਲਿਮ ਲੀਗ ਨੂੰ ਜਿਹੜਾ ਮਿਲਦੇ ਨੇ, ਪਹਿਲਾਂ ਤਾਂ ਯੂਨੀਅਨਿਸਟ ਪਾਰਟੀ ਨੂੰ ਮਿਲਦੇ ਸੀਗੇ, ਪਰ 1945-46 ਦੇ ਵਿੱਚ ਜਿਹੜਾ ਮੁਸਲਿਮ ਲੀਗ ਨੂੰ ਜਿਹੜਾ 175 ਦੇ ਵਿੱਚੋਂ 75 ਸੀਟਾਂ ਮਿਲਦੀਆਂ, ਅਕਾਲੀਆਂ ਨੂੰ ਜਿਹੜਾ 23 ਸੀਟਾਂ ਮਿਲਦੀਆਂ, ਕਾਂਗਰਸ ਨੂੰ 51 ਸੀਟਾਂ ਮਿਲਦੀਆਂ, ਆਜ਼ਾਦ ਨੂੰ 6 ਸੀਟਾਂ ਮਿਲਦੀਆਂ, ਯੂਨੀਅਨਿਸਟ ਪਾਰਟੀ ਜਿਹਦਾ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੁੰਦਾ ਉਹਨਾਂ ਨੂੰ ਕੁੱਲ 20 ਸੀਟਾਂ ਮਿਲਦੀਆਂ। ਪਰ 75 ਸੀਟਾਂ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਮੁਸਲਿਮ ਲੀਗ ਹੈ ਪੰਜਾਬ ਦੇ ਵਿੱਚ ਬਹੁਮਤ ਸਾਬਤ ਪੰਜਾਬ ਵਿਧਾਨ ਸਭਾ ਦੇ ਵਿੱਚ ਨਹੀਂ ਕਰ ਸਕੀ ਅਤੇ ਉਹ ਆਪਦੀ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਪੰਜਾਬ ਦੇ ਵਿੱਚ ਨਹੀਂ ਬਣਾ ਸਕੀ। ਅਤੇ ਬਾਅਦ ਦੇ ਵਿੱਚ ਅਗਲਾ ਪੁਆਇੰਟ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਾਂਗਰਸ, ਅਕਾਲੀ ਅਤੇ ਯੂਨੀਅਨਿਸਟ ਪਾਰਟੀ ਇਹ ਤਿੰਨੇ ਰਲ ਕੇ ਫਿਰ ਆਪਦੇ ਬਹੁਮਤ ਜਿਹੜਾ ਸਾਬਤ ਕਰ ਦਿੰਦੇ ਨੇ ਅਤੇ ਆਪਦਾ ਤਿੰਨੇ ਮੁਸਲਿਮ ਲੀਗ ਤੋਂ ਬਿਨਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਸਰ ਖਿਜਰ ਹਯਾਤ ਖਾਨ ਨੂੰ ਜਿਹੜਾ ਮੁੱਖ ਮੰਤਰੀ ਬਣਾਉਂਦੇ ਆ। ਤਾਂ ਇਸ ਗੱਲ ਦਾ ਇਹਨਾਂ ਨੂੰ ਬਹੁਤ ਗੁੱਸਾ ਜਿਹੜਾ ਆਉਂਦਾ ਮੁਸਲਿਮ ਲੀਗ ਨੂੰ, ਅਤੇ ਬਾਅਦ ਦੇ ਵਿੱਚ ਇਹ ਜਿਹੜੀ ਪਾਰਟੀ ਆ ਦੰਗਿਆਂ 'ਤੇ ਉੱਤਰ ਆਉਂਦੀ ਹੈ ਅਤੇ ਭਾਰਤ ਪਾਕਿਸਤਾਨ ਦੀ ਵੰਡ ਦਾ ਇਹ ਕਾਰਨ ਬਣਦੀ ਹੈ। ਤਾਂ ਕੈਬਨਿਟ ਮਿਸ਼ਨ ਉਸ ਤੋਂ ਬਾਅਦ ਆਉਂਦਾ ਭਾਰਤ ਦੇ ਵਿੱਚ ਇਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਐਟਲੀ ਜਿਹੜਾ ਲੇਬਰ ਪਾਰਟੀ ਦਾ ਬਣਦਾ, ਉਹਨਾਂ ਦਾ ਬਹੁਤ ਝੁਕਾਅ ਸੀ ਭਾਰਤੀ ਲੋਕਾਂ ਨਾਲ, ਬਹੁਤ ਲਗਾਓ ਸੀਗਾ, ਅਤੇ ਉਹ ਆਪਦਾ 3 ਮੈਂਬਰੀ ਜਿਹੜਾ ਕੈਬਨਿਟ ਮਿਸ਼ਨ ਹੈ ਉਹ ਭਾਰਤ ਦੇ ਵਿੱਚ ਭਾਰਤੀ ਲੋਕਾਂ ਨੂੰ ਆਪਦਾ ਸੰਵਿਧਾਨ ਦੇਣ ਲਈ ਅਤੇ ਆਪਦੀ ਸਰਕਾਰ ਆਪਦੇ ਹਿਸਾਬ ਨਾਲ ਚਲਾਉਣ ਲਈ ਉਹਨਾਂ ਨੂੰ ਭਾਰਤ ਦੇ ਵਿੱਚ ਭੇਜਦਾ, ਅਤੇ ਉਹ ਕੈਬਨਿਟ ਜਿਹੜਾ ਭਾਰਤ ਦੇ ਵਿੱਚ ਆਉਂਦਾ ਅਤੇ ਆਪਦੀ ਜਿਹੜੀ ਉਹ ਇੱਥੇ ਪ੍ਰਸਤਾਵ ਆ ਉਹਨੂੰ ਰੱਖਦਾ, ਅਤੇ ਉਹ ਆਪਦੇ ਮੁਤਾਬਕ ਜਿਹੜਾ ਭਾਰਤੀ ਰਿਆਸਤਾਂ ਅਤੇ ਪ੍ਰਾਂਤਾਂ ਨੂੰ ਮਿਲਾ ਕੇ ਇੱਕ ਭਾਰਤੀ ਸੰਘ ਰਾਜ ਜਿਹੜਾ ਉਹ ਸਥਾਪਿਤ ਕਰਨਾ ਚਾਹੁੰਦੇ ਨੇ। ਭਾਰਤੀ ਸੰਘ ਰਾਜ ਰਿਆਸਤਾਂ ਨੂੰ ਅਤੇ ਪ੍ਰਾਂਤਾਂ ਨੂੰ ਜਿਹੜਾ ਰਲਾ ਕੇ ਇਹ ਜਿਹਦੇ ਵਿੱਚ 3 ਵਿਭਾਗ ਉਹਨਾਂ ਨੇ ਆਖਿਆ ਵੀ ਕੇਂਦਰ ਕੋਲ ਹੋਣਗੇ, ਰੱਖਿਆ ਵਿਭਾਗ, ਵਿਦੇਸ਼ ਵਿਭਾਗ ਅਤੇ ਸੰਚਾਰ ਵਿਭਾਗ, ਅਤੇ ਬਾਕੀ ਵਿਭਾਗ ਨੇ ਜਿਹੜੇ ਅਸੀਂ ਅਲੱਗ ਅਲੱਗ ਜਿਹੜੇ ਪ੍ਰਾਂਤਾਂ ਨੂੰ ਵੰਡ ਦੇਵਾਂਗੇ। ਤਾਂ ਭਾਰਤ ਨੂੰ 3 ਹਿੱਸਿਆਂ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਉਸ ਸਮੇਂ ਵੰਡਣ ਦੀ ਉਹਨਾਂ ਨੇ ਯੋਜਨਾ ਜਿਹੜੀ ਕੈਬਨਿਟ ਮਿਸ਼ਨ ਨੇ ਬਣਾਈ ਸੀ 3 ਹਿੱਸਿਆਂ 'ਚ ਇਸ ਤਰੀਕੇ ਨਾਲ ਵੰਡਿਆ ਜਾਊ ਵੀ ਜਿਹੜੇ ਏਰੀਏ 'ਚ ਜ਼ਿਆਦਾ ਮੁਸਲਮਾਨ ਹੋਣਗੇ ਉਹਨਾਂ ਨੂੰ ਮੁਸਲਮਾਨ ਏਰੀਆ ਘੋਸ਼ਿਤ ਕਰ ਦਿੱਤਾ ਜਾਊਗਾ, ਜਿੱਧਰ ਹਿੰਦੂ ਹੋਣਗੇ ਉਹਨਾਂ ਦਾ ਹਿੰਦੂ ਘੋਸ਼ਿਤ ਕਰ ਦਿੱਤਾ ਜਾਊਗਾ, ਅਤੇ ਇੱਕ ਤੀਜਾ ਉਹ ਹੋਊਗਾ ਜਿੱਥੇ ਮੁਸਲਮਾਨ ਅਤੇ ਹਿੰਦੂ ਜਿਹੜੇ ਇਕੱਠੇ ਰਹਿੰਦੇ ਨੇ ਉਹਨਾਂ ਨੂੰ ਤੀਜਾ ਹਿੱਸਾ ਬਣਾ ਲਿਆ ਜਾਊਗਾ, ਅਤੇ 3 ਨੂੰ ਇਸ ਤਰੀਕੇ ਨਾਲ ਜਿਹੜਾ ਵੰਡ ਲਿਆ ਜਾਊਗਾ।
ਤਾਂ ਉਹਨਾਂ ਨੇ ਫਿਰ ਕਿਹਾ ਵੀ ਕੇਂਦਰ ਦੇ ਵਿੱਚ 14 ਮੈਂਬਰਾਂ ਨੂੰ ਜਿਹੜਾ ਅਸਥਾਈ ਸਰਕਾਰ ਬਣਾਉਣ ਦਾ ਅਧਿਕਾਰ ਹੋਊਗਾ, 14 ਮੈਂਬਰ ਆ ਜਿਹੜੇ ਉਹ ਸਥਾਪਿਤ ਕੀਤੇ ਜਾਣਗੇ ਕੇਂਦਰ ਦੀ ਸਰਕਾਰ ਦੇ ਵਿੱਚ। 14 ਦੇ ਵਿੱਚ 6 ਕਾਂਗਰਸ ਦੇ, 5 ਮੁਸਲਿਮ ਲੀਗ ਦੇ, 11 ਹੋ ਗਏ, 1 ਸਿੱਖਾਂ ਦਾ 12 ਹੋ ਗਏ, 1 ਈਸਾਈਆਂ ਦਾ 13 ਹੋ ਗਏ, ਅਤੇ 14ਵਾਂ ਜਿਹੜਾ ਰਿਆਸਤਾਂ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਲਿਆ ਜਾਊਗਾ ਕੇਂਦਰ ਦੇ ਵਿੱਚ। ਤਾਂ 14 ਮੈਂਬਰਾਂ ਦੀ ਅਸਥਾਈ ਸਰਕਾਰ ਹੈ ਜਿਹੜੀ ਉਹ ਸਥਾਪਿਤ ਕੀਤੀ ਜਾਊਗੀ। ਤਾਂ ਇਸ ਗੱਲਾਂ ਨੂੰ ਜਿਹੜਾ ਕਾਂਗਰਸ ਅਤੇ ਮੁਸਲਿਮ ਲੀਗ ਨੇ ਜਿਹੜਾ ਕੈਬਨਿਟ ਮਿਸ਼ਨ ਦੀ ਯੋਜਨਾ ਸੀ ਉਹਨੂੰ ਪ੍ਰਵਾਨ ਕਰ ਲਿਆ ਸੀ, ਪਰ ਕਿਤੇ ਨਾ ਕਿਤੇ ਸਿੱਖ ਇਸ ਗੱਲ ਨਾਲ ਨਾਰਾਜ਼ ਸੀ ਕਿ ਸਾਨੂੰ ਜਿਹੜੀ ਪ੍ਰਤੀਨਿਧਤਾ ਹੈ ਉਹ ਕੇਵਲ ਇੱਕ ਮੈਂਬਰ ਦੀ ਦਿੱਤੀ ਗਈ ਹੈ। ਕਿਤੇ ਨਾ ਕਿਤੇ ਸਿੱਖਾਂ ਨੂੰ ਇਸ ਗੱਲ ਦਾ ਗੁੱਸਾ ਵੀ ਸੀ, ਪਰ ਮੁਸਲਿਮ ਲੀਗ ਅਤੇ ਕਾਂਗਰਸ ਵਾਲਿਆਂ ਨੇ ਰਲ ਕੇ ਪਹਿਲਾਂ ਤਾਂ ਇਹਨਾਂ ਨੇ ਹਾਂ ਕਰ ਦਿੱਤੀ ਸੀ, ਪਰ ਬਾਅਦ ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਆਪਦੇ ਨਾਲ ਜੋੜ ਲਿਆ ਸੀ ਅਤੇ ਉਹਨਾਂ ਨੂੰ ਹੋਰ ਵੀ ਪ੍ਰਤੀਨਿਧਤਾ ਦਿਵਾਉਣ ਦਾ ਵਿਸ਼ਵਾਸ ਦੇ ਦਿੱਤਾ ਸੀਗਾ, ਅਤੇ ਜਿਸ ਕਰਕੇ ਸਿੱਖ ਵੀ ਬਾਅਦ ਦੇ ਵਿੱਚ ਜੁੜ ਗਏ ਸੀਗੇ। ਤਾਂ ਕੈਬਨਿਟ ਮਿਸ਼ਨ ਦੀ ਯੋਜਨਾ ਅਨੁਸਾਰ ਫਿਰ ਸੰਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਹੁੰਦੀਆਂ, ਤਾਂ ਸੰਵਿਧਾਨ ਸਭਾ ਦੀਆਂ ਚੋਣਾਂ ਮੁਸਲਿਮ ਲੀਗ ਦੀ ਸਿੱਧੀ ਟੱਕਰ ਦੀ ਕਾਰਵਾਈ। ਸੰਵਿਧਾਨ ਸਭਾ ਚੋਣਾਂ ਦੇ ਵਿੱਚ ਜੁਲਾਈ 1946 ਦੇ ਵਿੱਚ ਕੈਬਨਿਟ ਮਿਸ਼ਨ ਦੇ ਅਨੁਸਾਰ ਜਿਹੜੀਆਂ ਜੁਲਾਈ 1946 ਦੇ ਵਿੱਚ ਸੰਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਹੁੰਦੀਆਂ ਨੇ, ਜਿਹਦੇ ਵਿੱਚ ਮੁਸਲਿਮ ਲੀਗ ਨੂੰ 73 ਸਥਾਨ ਪ੍ਰਾਪਤ ਹੁੰਦੇ ਨੇ ਅਤੇ ਕਾਂਗਰਸ ਨੂੰ 211 ਸਥਾਨ ਪ੍ਰਾਪਤ ਹੁੰਦੇ ਨੇ, ਜਿਸ ਕਰਕੇ ਬਹੁਤ ਹੀ ਵੱਡੀ ਵਿਸ਼ਾਲ ਜਿੱਤ ਕਾਂਗਰਸ ਦੀ ਹੁੰਦੀ ਹੈ। ਅਤੇ ਇਹਦੇ ਨਾਲ ਮੁਸਲਿਮ ਲੀਗ ਨੂੰ ਬਹੁਤ ਗੁੱਸਾ ਆ ਜਾਂਦਾ, ਕ੍ਰੋਧਿਤ ਹੋ ਜਾਂਦੇ ਨੇ ਵੀ ਜਿਹੜੀ ਸਾਡੀ ਜਿੱਤ ਹੈ ਉਹ ਪ੍ਰਾਪਤ ਨਾ ਹੋ ਸਕੀ, ਅਤੇ ਉਹ ਸਿੱਧੀ ਟੱਕਰ ਲਈ ਤਿਆਰ ਹੋ ਜਾਂਦੇ ਨੇ ਵੀ ਜਿਹੜਾ ਫੈਸਲਾ ਜਿਹੜਾ ਆਪਾਂ ਲੜਾਈ ਦੇ ਨਾਲ ਹੀ ਸੰਪਰਦਾਇਕ ਦੰਗਿਆਂ ਦੇ ਉੱਤਰ ਆਉਂਦੇ ਨੇ, ਥਾਂ ਥਾਂ 'ਤੇ ਜਿਹੜੇ ਦੰਗੇ ਹੈ ਉਹ ਹੁੰਦੇ ਨੇ, ਤਾਂ ਪੰਜਾਬ ਦੇ ਵਿੱਚ ਸੰਪਰਦਾਇਕ ਫਸਾਦ ਜਿਹੜਾ ਉਹ ਸ਼ੁਰੂ ਹੋ ਜਾਂਦਾ 30 ਜੂਨ 1948 ਨੂੰ। ਜਿਹੜਾ ਅੰਗਰੇਜ਼ ਆ ਇਹ ਕਹਿ ਦਿੰਦੇ ਵੀ 30 ਜੂਨ 1948 ਨੂੰ ਅਸੀਂ ਭਾਰਤ ਨੂੰ ਛੱਡ ਕੇ ਚਲੇ ਜਾਵਾਂਗੇ, ਆਜ਼ਾਦ ਕਰ ਦੇਵਾਂਗੇ। ਇਹਦੇ ਨਾਲ ਜਿਹੜੇ ਹੋਰ ਵੀ ਬਲ ਹੈ ਮੁਸਲਿਮ ਲੀਗ ਨੂੰ ਮਿਲ ਜਾਂਦਾ ਅਤੇ ਬਹੁਤ ਦੰਗੇ ਫਸਾਦ ਹੁੰਦੇ ਨੇ। ਕਲਕੱਤੇ ਦੇ ਵਿੱਚ ਬਹੁਤ ਸਾਰੇ ਹਿੰਦੂਆਂ ਨੂੰ ਮਾਰਿਆ ਜਾਂਦਾ, ਭਾਰਤ ਦੇ ਵਿੱਚ ਹਿੰਦੂ ਅਤੇ ਮੁਸਲਮਾਨਾਂ ਦਾ ਆਪਸੀ ਖੂਨੀ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ, ਬਹੁਤ ਵੱਢ ਕਟਾਈ ਚਾਰੇ ਪਾਸੇ ਸ਼ੁਰੂ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਮਾਊਂਟ ਬੈਟਨ ਜਿਹੜਾ ਵਾਇਸ ਰਾਏ ਭਾਰਤ ਦਾ ਬਣ ਕੇ ਇੰਗਲੈਂਡ ਕੰਨੀ ਆਉਂਦਾ, ਮਾਊਂਟ ਬੈਟਨ ਯੋਜਨਾ 'ਤੇ ਪੰਜਾਬ ਦੀ ਵੰਡ, ਫਿਰ ਮਾਊਂਟ ਬੈਟਨ ਆ ਕੇ ਇੱਥੇ ਭਾਰਤ ਦੇ ਵਿੱਚ ਵਾਇਸ ਰਾਏ ਬਣ ਕੇ ਆਉਂਦਾ, ਤਾਂ ਉੱਥੇ ਇਹ ਭਾਰਤੀ ਲੋਕਾਂ ਨੂੰ ਆ ਕੇ ਮਿਲਦਾ ਅਤੇ ਅੰਗਰੇਜ਼ਾਂ ਨੂੰ ਵੀ ਉਹਨਾਂ ਨਾਲ ਵੀ ਵਿਚਾਰ ਵਟਾਂਦਰੇ ਕਰਦਾ, ਅਤੇ ਆਖਰ ਨੂੰ ਮਾਊਂਟ ਬੈਟਨ ਇਸ ਯੋਜਨਾ 'ਤੇ ਆਉਂਦਾ ਕਿ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਅਤੇ ਨਾਲ ਹੀ ਭਾਰਤ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਵੰਡਣਾ ਜਿਹੜਾ ਉਹਦੇ ਲਈ ਜ਼ਰੂਰੀ ਹੋ ਗਿਆ ਸੀਗਾ, ਕਿਉਂਕਿ ਕਹਿੰਦਾ ਵੀ ਹੋਰ ਕੋਈ ਚਾਰਾ ਨਹੀਂ, ਭਾਰਤ ਨੂੰ ਜਿਹੜਾ ਦੋ ਹਿੱਸਿਆਂ ਦੇ ਵਿੱਚ ਹੀ ਵੰਡ ਦੇਣਾ ਚਾਹੀਦਾ, ਇੱਕ ਹਿੱਸਾ ਉਹ ਬਣਾ ਦੇਣਾ ਚਾਹੀਦਾ ਜਿੱਧਰ ਜ਼ਿਆਦਾ ਮੁਸਲਮਾਨ ਨੇ ਅਤੇ ਇੱਕ ਹਿੱਸਾ ਉਹ ਬਣਾ ਦੇਣਾ ਚਾਹੀਦਾ ਜਿੱਧਰ ਜ਼ਿਆਦਾ ਹਿੰਦੂ ਨੇ, ਅਤੇ ਦੋ ਹਿੱਸਿਆਂ ਦੇ ਵਿੱਚ ਜਿਹੜਾ ਮਾਊਂਟ ਬੈਟਨ ਹੈ ਭਾਰਤ ਨੂੰ ਜਿਹੜਾ ਆਪਦੀ ਯੋਜਨਾ ਅਨੁਸਾਰ ਵੰਡ ਦਿੰਦਾ। ਤਾਂ ਮਾਰਚ 1947 ਨੂੰ ਵਾਇਸ ਰਾਏ ਬਣ ਕੇ ਆਉਂਦਾ, 15 ਅਗਸਤ 1947 ਨੂੰ ਜਿਹੜਾ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ, ਜਿੱਧਰ ਜ਼ਿਆਦਾ ਮੁਸਲਮਾਨ ਹੁੰਦੇ ਆ ਉਹਨਾਂ ਨੂੰ ਪਾਕਿਸਤਾਨ ਬਣਾ ਦਿੱਤਾ ਜਾਂਦਾ, ਅਤੇ ਜਿੱਧਰ ਜ਼ਿਆਦਾ ਹਿੰਦੂ ਹੁੰਦੇ ਆ ਉਹਨਾਂ ਨੂੰ ਹਿੰਦੁਸਤਾਨ ਭਾਰਤ ਬਣਾ ਦਿੱਤਾ ਜਾਂਦਾ। ਅਤੇ ਭਾਰਤ ਦੀ ਵੰਡੀ ਦੇ ਨਾਲ ਨਾਲ ਹੀ ਪੰਜਾਬ ਦੀ ਵੰਡੀ ਵੀ ਹੋ ਜਾਂਦੀ ਹੈ, ਅਤੇ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਰੂਪ 'ਚ ਪੰਜਾਬ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਚੜ੍ਹਦੇ ਵਾਲੇ ਪਾਸੇ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਸੀ ਜੋ ਭਾਰਤ ਦੇ ਵਿੱਚ ਸੀਗਾ, ਅਤੇ ਲਹਿੰਦੇ ਵਾਲੇ ਪਾਸੇ ਜਿਹੜਾ ਪੱਛਮੀ ਪੰਜਾਬ ਕਿਹਾ ਜਾਂਦਾ ਸੀ ਪੱਛਮ ਵਾਲੇ ਪਾਸੇ ਨੂੰ, ਉਹ ਪਾਕਿਸਤਾਨ ਦੇ ਵਿੱਚ ਜਿਹੜਾ ਹੁਣ ਵੀ ਬਣ ਚੁੱਕਿਆ। ਤਾਂ ਪੂਰਬੀ ਪੰਜਾਬ ਦੇ ਵਿੱਚ ਉਸ ਸਮੇਂ 13 ਜ਼ਿਲ੍ਹੇ ਆਉਂਦੇ, 13 ਜ਼ਿਲ੍ਹੇ ਜਿਹੜੇ ਲਾ ਦਿੱਤੇ ਗਏ ਸੀਗੇ, ਅਤੇ ਪੱਛਮੀ ਪੰਜਾਬ ਦੇ ਵਿੱਚ ਜਿਹੜਾ 16 ਜ਼ਿਲ੍ਹੇ ਲਾ ਦਿੱਤੇ ਗਏ ਸੀਗੇ। ਤਾਂ ਇਸ ਤਰੀਕੇ ਨਾਲ ਜਿਹੜੀ ਪੰਜਾਬ ਦੀ ਵੰਡੀ ਹੈ, ਭਾਰਤ ਦੀ ਵੰਡੀ ਦੇ ਨਾਲ ਨਾਲ ਪੰਜਾਬ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ, ਅਤੇ ਪੂਰਬੀ ਪੰਜਾਬ ਭਾਰਤ ਦੇ ਵਿੱਚ ਰਹਿ ਜਾਂਦਾ ਅਤੇ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਜਾਂਦਾ। ਅਤੇ ਮੈਨੂੰ ਆਸ ਹੈ ਕਿ ਅੱਜ ਦਾ ਟੌਪਿਕ ਸਭ ਦੇ ਸਮਝ ਆਇਆ ਹੋਊਗਾ। ਅੱਗੇ ਆਪਾਂ ਪੰਜਾਬ ਦੀ ਵੰਡ ਦੇ ਕੀ ਪ੍ਰਭਾਵ ਪਏ ਅਤੇ ਕੀ ਰਿਜ਼ਲਟ ਨਿਕਲੇ ਅੱਗੇ, ਉਹ ਆਪਾਂ ਅਗਲੇ ਟੌਪਿਕ 'ਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।